ਸਾਬਕਾ ਵਿਧਾਇਕ ਜਿਤੇਂਦਰ ਸਿੰਘ ਮੋਫਲ ਵੱਲੋਂ ਆਪਣੀ ਸਵਰਗਵਾਸੀ ਮਾਤਾ ਕਰਤਾਰ ਕੌਰ ਅਤੇ ਸਵਰਗੀ ਪਿਤਾ ਸਾਬਕਾ ਵਿਧਾਇਕ ਪ੍ਰੀਤਮ ਸਿੰਘ ਮੋਫਲ ਦੀ ਯਾਦ ਨੂੰ ਸਮਰਪਿਤ ਮੁਫ਼ਤ ਕੈਂਸਰ ਜਾਂਚ ਕੈਂਪ ਸਥਾਨਕ ਅਨਾਜ ਮੰਡੀ ਵਿਖੇ ਲਗਾਇਆ ਗਿਆ। ਕੈਂਪ ਦਾ ਉਦਘਾਟਨ ਡਿਪਟੀ ਕਮਿਸ਼ਨਰ ਮਾਨਸਾ ਮੈਡਮ ਅਪਨੀਤ ਰਿਆਤ ਵੱਲੋਂ ਕੀਤਾ ਗਿਆ। ਮੈਡਮ ਅਪਨੀਤ ਰਿਆਤ ਨੇ ਲੋਕ ਭਲਾਈ ਲਈ ਇਸ ਤਰ੍ਹਾਂ ਦੇ ਕੈਂਪ ਲਗਾਉਣ ਨੂੰ ਇੱਕ ਚੰਗਾ ਉਪਰਾਲਾ ਦੱਸਿਆ। ਵਰਲਡ ਕੈਂਸਰ ਕੇਅਰ ਸੰਸਥਾ ਦੀ ਟੀਮ ਡਾਕਟਰ ਧਰਮਿੰਦਰ ਢਿੱਲੋਂ ਦੀ ਅਗਵਾਈ ਵਿੱਚ 740 ਮਰੀਜ਼ਾਂ ਦੇ ਟੈਸਟ ਕੀਤੇ ਗਏ। ਜਾਣਕਾਰੀ ਦਿੰਦਿਆਂ ਡਾਕਟਰ ਧਰਮਿੰਦਰ ਢਿੱਲੋਂ ਨੇ ਦੱਸਿਆ ਕਿ ਕੈਂਪ ਦੌਰਾਨ ਮੈਮੋਗ੍ਰਾਫੀ, ਪੇਪਸਮੀਅਰ, PSA ਟੈਸਟ ਤੋਂ ਇਲਾਵਾ ਹੱਡੀਆਂ ਦੀ ਜਾਂਚ ਅਤੇ ਜਨਰਲ ਚੈੱਕਅਪ ਕੀਤਾ ਗਿਆ। ਅਜੀਤਿੰਦਰ ਸਿੰਘ ਮੋਫਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਘੱਗਰ ਦੇ ਦੂਸ਼ਿਤ ਪਾਣੀ ਕਾਰਨ ਕੈਂਸਰ ਇਲਾਕੇ ਵਿੱਚ ਵੱਧ ਰਿਹਾ ਹੈ। ਕੈਂਪ ਲਗਾਉਣ ਦਾ ਮਕਸਦ ਇਸ ਭਿਆਨਕ ਬਿਮਾਰੀ ਨੂੰ ਪਹਿਲੀ ਸਟੇਜ 'ਤੇ ਹੀ ਫੜਨਾ ਹੈ। ਕੈਂਪ 'ਚ SSP ਮਾਨਸਾ ਗੁਰਨੀਤ ਸਿੰਘ ਖੁਰਾਣਾ, SDM ਸਰਦੂਗੜ ਲਤੀਫ ਅਹਿਮਦ, ਉਪ ਕਪਤਾਨ ਪੁਲਿਸ ਸੰਜੀਵ ਗੋਇਲ ਅਤੇ ਥਾਣਾ ਮੁਖੀ ਸੰਦੀਪ ਪਾਟੀ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਇਸ ਮੌਕੇ ਸਾਬਕਾ ਪ੍ਰਧਾਨ ਜ਼ਿਲ੍ਹਾ ਮਾਨਸਾ ਬਿਕਰਮ ਸਿੰਘ ਮੋਫਰ, ਸਤਪਾਲ ਵਰਮਾ, ਰਾਜੇਸ਼ ਗਰਗ, ਸਾਬਕਾ ਕੌਂਸਲਰ ਸੁੱਖਾ ਭਾਊ, ਮਥੁਰਾ ਦਾਸ ਗਰਗ, ਗੁਰਲਾਲ ਸੋਨੀ, ਗੁਰਦੀਪ ਕਾਲਾ, ਰਿੰਪੀ ਬਰਾੜ, ਪ੍ਰਮੋਦ ਸੋਨੀ, ਕੁਲਵੀਰ ਸਰਪੰਚ ਝੰਡਾ, ਜੀਤ ਸਰਪੰਚ ਆਲੂਪੁਰ ਅਤੇ ਸੁਰਜੀਵਨ ਚੰਡੂਕੇ ਆਦਿ ਹਾਜ਼ਰ ਸਨ। ਇਹ ਜੀ ਜਿਹੜਾ ਵਰਲਡ ਕੇਅਰ ਸੈਂਟਰ ਹੈ ਧਾਰੀਵਾਲ ਸਾਹਿਬ ਜਿਹੜੇ ਨੇ ਉਹਨਾਂ ਨੇ ਇਸ ਬਣਾਇਆ ਟਰੱਸਟ ਔਰ ਉਹ ਵਰਲਡ ਵਾਈਡ ਇਹਦਾ ਕਰਾਰ ਹੈ। ਔਰ ਜ਼ਿਆਦਾਤਰ ਜਿਹੜੇ ਗਰੀਬ ਦੇਸ਼ ਹੈ ਜਾਂ ਜਿੱਥੇ ਲੋਕਾਂ ਨੂੰ ਸਹੂਲਤ ਨਹੀਂ ਮਿਲਦੀ, ਪੈਸਾ ਨਹੀਂ ਲਾ ਸਕਦੇ, ਟੈਸਟ ਬੜੇ ਮਹਿੰਗੇ ਹੈ, ਇਹਨਾਂ ਨੇ ਇਹ ਕੈਂਪ ਸ਼ੁਰੂ ਕਰਵਾਏ ਸੀਗੇ। ਔਰ ਇਹ ਤੀਜਾ ਕੈਂਪ ਹੈ, ਪਹਿਲਾਂ ਕੋਟਕਰਮੂ, ਫਿਰ ਮੂਸੇ, ਇਹ ਹੁਣ ਸੰਗਰੂਰ ਹੈ। ਔਰ ਇਹਦੇ 'ਚ ਬੜਾ ਵੱਡਾ ਉਹਨਾਂ ਦਾ ਯੋਗਦਾਨ ਹੈ ਕਿਉਂਕਿ ਅੱਜ 700 ਤੋਂ ਜ਼ਿਆਦਾ ਲੋਕ ਆਪਣਾ ਟੈਸਟ ਕਰਾ ਕੇ ਗਏ ਆ, ਜਿਹਦੇ 'ਚ ਟੋਟਲ ਉਹਨਾਂ ਦਾ ਕੈਂਸਰ ਦਾ, ਪ੍ਰੋਸਟੇਟ ਦਾ, ਲੇਡੀਜ਼ ਦਾ, ਬੋਨ ਡੈਂਸਿਟੀ ਦਾ ਸਾਰੇ ਟੈਸਟ ਆਏ ਹੈ। ਔਰ ਬੜੀ ਵੱਡੀ ਸੈਟਿਸਫੈਕਸ਼ਨ ਹੈ। 9 ਵਜੇ ਤੋਂ ਲੈ ਕੇ ਹੁਣ ਦੇਖ ਲਓ 4:30 ਵਜੇ ਤੱਕ ਇਹਨਾਂ ਨੇ ਤਕਰੀਬਨ ਸਾਰੇ ਹੀ ਪੇਸ਼ੈਂਟ ਦੇਖ ਕੇ ਟ੍ਰੀਟਮੈਂਟ ਵੀ ਨਾਲ ਦਿੱਤਾ। ਔਰ ਮੈਂ ਉਹਨਾਂ ਦਾ ਧੰਨਵਾਦੀ ਹਾਂ ਕਿਉਂਕਿ ਸਾਨੂੰ ਲੋੜ ਹੈ, ਘੱਗਰ ਕਰਕੇ ਬਹੁਤ ਬੁਰਾ ਹਾਲ ਹੈ ਸਾਡੇ ਇਲਾਕੇ ਦਾ, ਇਹਦੇ ਨਾਲ ਪੋਲਿਊਸ਼ਨ ਇੰਨੀ ਹੋ ਗਈ, ਇਹਦੇ ਨਾਲ ਹੀ ਸਾਰੀਆਂ ਬਿਮਾਰੀਆਂ, ਡਾਇਬਟੀਜ਼ ਔਰ ਨਾਲ ਹੀ ਹੈਪੇਟਾਈਟਸ, ਕੈਂਸਰ, ਇਹ ਸਾਰਾ ਕੁਛ ਇੱਕ ਦੂਜੇ ਨਾਲ ਰਿਲੇਟਡ ਹੈ। ਔਰ ਇਹ ਧਾਰੀਵਾਲ ਸਾਹਿਬ ਦਾ ਬੜਾ ਵੱਡਾ ਐਫਰਟ ਹੈ, ਪਰ ਹੁਣ ਇਹ ਤੋਂ ਬਾਅਦ ਇਹ ਬੜਾ ਵੱਡਾ ਕੈਂਪ ਲਾ ਰਹੇ ਹੈ ਜਿਹਦੇ 'ਚ ਸਾਰੇ ਹੀ ਕੈਂਸਰਾਂ ਦੇ ਟੈਸਟ ਕਰਨਗੇ ਔਰ 15 ਦਿਨ ਦਾ ਟੈਸਟ, ਉਹਦੇ 'ਚ ਬਕਾਇਦਾ ਵਾਰਡਸ ਹੋਣਗੇ, ICU ਹੋਊਗਾ ਔਰ ਬੰਦੇ ਨੂੰ ਦਾਖਲ ਵੀ ਕੀਤਾ ਜਾਊ, ਆਪਰੇਸ਼ਨ ਵੀ ਕੀਤੇ ਜਾਣਗੇ। ਇਹ ਬੜਾ ਵੱਡਾ ਐਫਰਟ ਹੈ, ਬੜੀ ਵੱਡੀ ਦੇਣ ਹੈ ਪੰਜਾਬ ਨੂੰ, ਅਤੇ ਮੈਂ ਉਹਨਾਂ ਦਾ, ਡਾਕਟਰਸ ਦਾ, ਉਹਨਾਂ ਸਾਰੀ ਟੀਮ ਦਾ ਬਹੁਤ ਜ਼ਿਆਦਾ ਧੰਨਵਾਦ ਕਰਦਾ। ਇੰਨੀ ਪੇਸ਼ੈਂਟਸ, ਇਹਨਾਂ 700 ਮਰੀਜ਼ ਦੇਖਣਾ ਔਰ ਪਤਾ ਵੀ ਨਹੀਂ ਲੱਗਿਆ, ਖਾਣੇ ਦਾ ਵੀ ਵਿੱਚੇ ਟਾਈਮ ਵਿੱਚੇ ਸਾਰਾ, ਔਰ ਸਾਰੇ ਜਿੰਨੇ ਇਸ ਇਲਾਕੇ 'ਚ ਲੇਡੀਜ਼ ਆਈਆਂ, ਬੰਦੇ ਆਏ, ਹੋਰ ਬੜੇ ਲੋਕ ਆਏ, ਟੈਸਟ ਕਰਾ ਕੇ ਗਏ, ਸਾਰੇ ਸੈਟਿਸਫਾਈ। ਅਤੇ ਮੈਂ ਫਿਰ ਇਹਨਾਂ ਦਾ ਆਪਣੇ ਵੱਲੋਂ ਬਹੁਤ ਧੰਨਵਾਦ ਕਰ ਔਰ ਕੈਪਟਨ ਸਾਹਿਬ ਦਾ ਖਾਸ ਤੌਰ 'ਤੇ, ਕਿਉਂਕਿ ਇੰਨਾ ਉਹ ਕੰਸਰਨ ਨੇ ਲੋਕਾਂ ਦੀ ਹੈਲਥ ਵਾਸਤੇ, ਇਹ ਉਹਦੀ ਇੱਕ ਕੜੀ ਹੈ। ਇਸੇ ਤਰ੍ਹਾਂ ਸਾਡੀ ਪਾਰਟੀ ਹੋਰ ਵੀ ਦੁਬਾਰਾ ਕੈਂਪ ਲਵਾ ਲਵਾ ਕੇ ਲੋਕਾਂ ਨੂੰ ਟੈਸਟ ਕਰਾਵਾਂਗੇ, ਇਲਾਜ ਕਰਾਵਾਂਗੇ ਔਰ ਫਰੀ ਇਲਾਜ ਕਰਾਵਾਂਗੇ। ਥੈਂਕ ਯੂ। ਜਿਹੜਾ ਅੱਜ ਇੱਥੇ ਕੈਂਸਰ ਅਵੇਅਰਨੈਸ ਕੈਂਪ ਲੱਗਿਆ ਹੈ, ਇਹ ਅਸੀਂ ਆਪਣੇ ਦਾਦੀ ਜੀ ਸੁਰਗੇ ਸ਼੍ਰੀ ਕਰਤਾਰ ਕੌਰ ਜੀ ਦੇ ਨਾਂ 'ਤੇ ਅਸੀਂ ਇਹ ਆਯੋਜਿਤ ਕੀਤਾ ਹੈਗਾ। ਇਹ ਅਸੀਂ ਇੱਥੇ ਮਾਲਵੇ ਦੇ ਵਿੱਚ ਕੈਂਸਰ ਦੀ ਬਹੁਤ ਜ਼ਿਆਦਾ ਸ਼ਿਕਾਇਤ ਹੈ, ਉਹਦੇ ਕਰਕੇ ਲੋਕਾਂ ਨੂੰ ਜਾਗਰੂਕ ਕਰਨ ਲਈ ਕਹਿ ਲਓ ਜਾਂ ਜਿਹੜੀ ਪਹਿਲੀ ਸਟੇਜ 'ਤੇ ਇਹਦਾ ਫਾਇਦਾ ਉਠਾਇਆ ਜਾ ਸਕੇ, ਕਿਉਂਕਿ ਜਦੋਂ ਕੈਂਸਰ ਜਦੋਂ ਮਰੀਜ਼ ਨੂੰ ਪਤਾ ਲੱਗਦਾ ਤਾਂ ਉਹ ਕਾਫੀ ਅੱਗੇ ਤੱਕ ਵੱਧ ਜਾਂਦਾ ਹੈ। ਜਿਹੜਾ ਇਹ ਕੈਂਸਰ ਦਾ ਕੈਂਪ ਲੱਗਿਆ, ਇਹ ਜਿਹੜਾ ਵੀ ਇੱਥੇ ਬੰਦਾ ਚੈੱਕਅਪ ਕਰਾਊਗਾ ਉਹਨੂੰ ਉਹਦੀ ਸਥਿਤੀ ਦਾ ਪਤਾ ਲੱਗ ਜੂਗੀ, ਉਹਦੇ ਸਰੀਰ ਦੇ ਵਿੱਚ ਕੋਈ ਦੇਖੋ ਕੈਂਸਰ ਦੀ ਸ਼ਿਕਾਇਤ ਤਾਂ ਨਹੀਂ, ਜੇ ਹੈਗੀ ਅਜੇ ਤਾਂ ਕਿਹੜੀ ਸਟੇਜ ਹੈ, ਹਲੇ ਸ਼ੁਰੂ ਹੋਣ ਵਾਲੀ ਹੈ ਜਾਂ ਪਹਿਲੀ ਸਟੇਜ ਹੈ ਜਾਂ ਇਹਨੂੰ ਪਾਰ ਕਰ ਦਿੱਤੀ ਹੈ। ਸਰ ਇਸ ਕਰਕੇ ਇਹ ਪਹਿਲਾ ਕੈਂਪ ਲੱਗਿਆ ਇਹ ਸਦੂਗੜ ਇਸ ਏਰੀਆ, ਮੇਰਾ ਖਿਆਲ ਕਿਉਂਕਿ ਇਹਦੀ ਲੋੜ ਹੈ। ਘੱਗਰ ਦਰਿਆ ਇੱਥੇ ਜਿਹੜਾ
ਘੱਗਰ ਦੀ ਬੜੀ ਵੱਡੀ ਸਮੱਸਿਆ ਜਿਹੜਾ ਉਹ ਘੱਗਰ ਦਾ ਕਾਲਾ ਪਾਣੀ ਜਿਹੜਾ ਆ ਰਿਹਾ ਉਹ ਧਰਤੀ ਦੇ ਹੇਠਲੇ ਪਾਣੀ ਵਿੱਚ ਮਿਲ ਕੇ ਲੋਕਾਂ ਦੇ ਪੀਣ ਵਾਲੇ ਪਾਣੀ ਦੇ ਵਿੱਚ ਜਾ ਰਿਹਾ, ਜਿਹਦੇ ਕਰਕੇ ਕੈਂਸਰ ਦੀ ਸ਼ਿਕਾਇਤ ਇੱਥੇ ਬਹੁਤ ਭਾਰੀ ਮਾਤਰਾ ਦੇ ਵਿੱਚ ਪਾਈ ਜਾਂਦੀ। ਇਸ ਕੈਂਪ ਤੋਂ ਤੁਸੀਂ ਦੇਖਿਆ ਹੋਣਾ ਅਫਸਰ ਸਾਹਿਬ ਨੇ ਉਦਘਾਟਨ ਕਰਨ ਵਾਸਤੇ ਵੀ ਕਿੰਨੇ ਕੁ ਲੋਕ ਫਾਇਦਾ ਉਠਾਉਣਗੇ ਕੈਂਪ 'ਚ? ਮੇਰਾ ਖਿਆਲ ਇੱਥੇ ਤਕਰੀਬਨ 1000 ਤੋਂ ਪਲੱਸ ਇੱਥੇ ਲੋਕਾਂ ਦੀ ਗਿਣਤੀ ਸੀਗੀ ਜਿਨ੍ਹਾਂ ਨੇ ਇੱਥੇ ਇਹਦੇ ਕੈਂਪ ਦੇ ਵਿੱਚ ਸ਼ਮੂਲੀਅਤ ਕੀਤੀ, ਮਤਲਬ ਆਪਣੇ ਟੈਸਟ ਕਰਵਾਏ, ਚੈੱਕਅਪ ਕਰਵਾਏ, ਉਹਦਾ ਰਿਜ਼ਲਟ ਕੁਛ ਦੇਣਾ ਜਾਜੂਗਾ। ਅਤੇ ਜਿਸ ਕਿਸੇ ਨੂੰ ਕੋਈ ਰੱਬ ਨਾ ਕਰੇ ਪਹਿਲਾਂ ਤਾਂ ਕਿਸੇ ਨੂੰ ਕੋਈ ਇਹੀ ਸ਼ਿਕਾਇਤ ਨਿਕਲੇ, ਪਰ ਜੇ ਕੋਈ ਇਹੋ ਜਿਹੀ ਗੱਲ ਕਿਸੇ ਨੂੰ ਲੱਗਦਾ ਵੀ ਕਿਸੇ ਨੂੰ ਕੋਈ ਪ੍ਰੋਬਲਮ ਹੈ ਤਾਂ ਅਸੀਂ ਉਹਦਾ ਵੀ ਅੱਗੇ ਬੰਦੋਬਸਤ ਉਹਨਾਂ ਦੀ ਟ੍ਰੀਟਮੈਂਟ ਅਸੀਂ ਉਸ ਤਰੀਕੇ ਨਾਲ ਡਾਕਟਰਾਂ ਨਾਲ ਉਹਨੂੰ ਮਤਲਬ ਉਹਨਾਂ ਨਾਲ ਕਰਾ ਕੇ ਉਹਦਾ ਉਹਨਾਂ ਨਾਲ ਟਾਈ ਅਪ ਕਰਾ ਕੇ ਆਪਾਂ ਉਹਨਾਂ ਦਾ ਇਲਾਜ ਸ਼ੁਰੂ ਕਰਵਾਵਾਂਗੇ। ਕੀ ਇਹਦੇ ਵਿੱਚ ਚੈੱਕਅਪ ਹੀ ਹੈ ਜਾਂ ਕੋਈ ਮੈਡੀਸਨ ਵੀ ਦੇ ਰਹੇ ਨੇ ਡਾਕਟਰ ਸਾਹਿਬ? ਹਾਲੇ ਤਾਂ ਮੈਡੀਸਨ ਵਾਲੀ ਕੋਈ ਗੱਲ ਨਹੀਂ, ਹਾਲੇ ਤਾਂ ਸਿਰਫ ਹਾਂ ਇੱਕ ਨਾਲ ਇਹਨਾਂ ਦੇ ਦੂਸਰਾ ਉਹ ਲੱਗਿਆ ਹੋਇਆ ਹੈਗਾ ਇੱਕ ਜਨਰਲ ਕੈਂਪ ਵੀ ਨਾਲ ਹੈ ਜਿਹਦੇ ਵਿੱਚ ਬੀ ਪੀ ਸ਼ੂਗਰ ਜਿਹੜੇ ਨੋਰਮਲ ਰੋਜ਼ਾਨਾ ਆਪਣੇ ਵਾਲੇ ਟੈਸਟ ਹੈ ਉਹ ਵੀ ਨਾਲ ਚੱਲ ਰਹੇ ਨੇ। ਹਾਂ ਉਹਨਾਂ ਦੇ ਵਿੱਚ ਜਿਹੜੀ ਕੋਈ ਦਿੱਕਤ ਆ ਰਹੀ ਹੈ ਉਹ ਦਵਾਈ ਅਸੀਂ ਦੇ ਰਹੇ ਹਾਂ। ਦੇਖੋ ਵਰਲਡ ਕੈਂਸਰ ਕੇਅਰ ਵੱਲੋਂ ਅੱਜ ਜਿਹੜਾ ਸਰਦੂਲਗੜ੍ਹ ਦੇ ਵਿੱਚ ਕੈਂਪ ਲਾਇਆ ਗਿਆ ਸਪੈਸ਼ਲ ਤੌਰ 'ਤੇ ਮਾਲਵਾ ਬੈਲਟ ਨੂੰ, ਜਿਹੜਾ ਸਰਦੂਲਗੜ੍ਹ ਵਾਲੇ ਪਾਸੇ ਸਾਡੀ ਜਿਹੜੀ ਨਾ ਪਹੁੰਚ ਘੱਟ ਸੀਗੀ, ਲੇਕਿਨ ਅੱਜ ਮੁਕਤਸਰ ਸਾਹਿਬ ਦੇ ਸਹਿਯੋਗ ਦੇ ਨਾਲ ਇੱਥੇ ਇੱਕ ਵਿਸ਼ਾਲ ਮੈਡੀਕਲ ਕੈਂਪ ਰੱਖਿਆ ਗਿਆ ਜਿਹਦੇ ਵਿੱਚ ਕੈਂਸਰ ਜਾਂਚ ਅਤੇ ਜਾਗਰੂਕਤਾ ਦੀ ਸਹੂਲਤ ਜਿਹੜੀ ਹੈ ਲੋਕਾਂ ਨੂੰ ਦਿੱਤੀ ਗਈ ਹੈ। ਹੁਣ ਤੱਕ ਤਕਰੀਬਨ ਕੋਈ 400 ਤੋਂ 500 ਬੰਦਾ ਅਟੈਂਡ ਕਰ ਚੁੱਕਾ, ਟਾਰਗੇਟ ਸਾਡਾ ਹੈਗਾ ਕਿ 1000 ਤੋਂ ਉੱਪਰ ਜਿਹੜਾ ਬੰਦਾ ਜਾਊਗਾ। ਅਤੇ ਜਿਹੜਾ ਕੰਸੈਪਟ ਹੈ ਵਰਲਡ ਕੈਂਸਰ ਕੇਅਰ ਦਾ ਹਮੇਸ਼ਾ ਵੀ ਲੋਕਾਂ ਨੂੰ ਕੈਂਸਰ ਬਾਰੇ ਜਾਗਰੂਕ ਕੀਤਾ ਜਾਵੇ ਅਤੇ ਕੈਂਸਰ ਦੇ ਟੈਸਟ ਕੀਤੇ ਜਾਵੇ। 7 ਕਿਸਮ ਦੀ ਟੈਸਟਿੰਗ ਇੱਥੇ ਹੋ ਰਹੀ ਹੈ ਜੀ, ਔਰਤਾਂ ਦੀ ਛਾਤੀ ਦੇ ਕੈਂਸਰ ਵਾਸਤੇ ਮੈਮੋਗ੍ਰਾਫੀ ਟੈਸਟ ਕਰ ਰਹੇ ਹਾਂ, ਬੱਚੇਦਾਨੀ ਦੇ ਕੈਂਸਰ ਵਾਸਤੇ ਟੈਸਟ ਕਰ ਰਹੇ ਹਾਂ, ਬੰਦਿਆਂ ਦੇ ਦੁੱਧਾਂ ਦੇ ਕੈਂਸਰ ਵਾਸਤੇ ਟੈਸਟ ਕਰ ਰਹੇ ਹਾਂ, ਮੂੰਹ ਅਤੇ ਗਲੇ ਦੇ ਵਾਸਤੇ ਜਿਹੜੀ ਚੈਕਿੰਗ ਹੋ ਰਹੀ ਹੈ, ਹੱਡੀਆਂ ਦੇ ਕੈਂਸਰ ਵਾਸਤੇ ਟੈਸਟ ਕਰ ਰਹੇ ਹਾਂ, ਔਰ ਇਸ ਤੋਂ ਇਲਾਵਾ ਜਨਰਲ ਪ੍ਰੋਗਰਾਮ ਦੇ ਵਿੱਚ ਲੋਕਾਂ ਦਾ ਸ਼ੂਗਰ, ਬਲੱਡ ਪ੍ਰੈਸ਼ਰ ਅਤੇ ਜਨਰਲ ਦਵਾਈਆਂ ਦਿੱਤੀਆਂ ਜਾ ਰਹੀਆਂ। ਮਕਸਦ ਸਾਡਾ ਇਹੀ ਹੈ ਕਿ ਕੈਂਸਰ ਜਿਹੜਾ ਉਹਨੂੰ ਪਹਿਲੀ ਸਟੇਜ 'ਤੇ ਫੜਿਆ ਜਾਵੇ, ਕਿਉਂਕਿ ਕੈਂਸਰ ਦਾ ਇਲਾਜ ਤਾਂ ਹੀ ਸੰਭਵ ਹੈ ਅਗਰ ਉਹ ਪਹਿਲੋਂ ਫੜਿਆ ਜਾਵੇ ਤਾਂ। ਔਰ ਹੁਣ ਤੱਕ ਜਿਹੜੀ ਵਰਲਡ ਕੈਂਸਰ ਕੇਅਰ ਹੈ ਅਸੀਂ ਕੋਈ 2100 ਦੇ ਕਰੀਬ ਜਿਹੜੇ ਕੈਂਪ ਲਾ ਚੁੱਕੇ ਹਾਂ, ਔਰ ਲਗਭਗ ਕੋਈ 16-17 ਹਜ਼ਾਰ ਦੇ ਕਰੀਬ ਜਿਹੜੇ ਸਸਪੈਕਟਡ ਕੇਸ ਹੈ ਕੈਂਸਰ ਦੇ ਉਹ ਲੱਭ ਚੁੱਕੇ ਹਾਂ, ਜਿਹੜੇ ਵੱਖ ਵੱਖ ਜਿਹੜੇ ਹਸਪਤਾਲ 'ਚ ਇਲਾਜ ਦੀ ਹੈ। ਆਵਾਜ਼ੀ ਕੌਮ ਟੀ ਵੀ ਲਈ ਮਾਨਸਾ ਤੋਂ ਗੁਰਜੀਤ ਸਿੰਘ ਦੀ ਰਿਪੋਰਟ।